ਆ ਯੂਟਿਊਬ ਤੇ ਇੱਕ ਸੰਤ ਬੋਲ ਰਹੇ ਸੀ, ਵੈਦਗੀ ਬਾਰੇ ਦੱਸ ਰਹੇ ਸੀ। ਉਹ ਕਹਿੰਦੇ ਵੀ ਅਸੀਂ ਇਹ ਸਾਰੀ ਖੋਜ ਕੀਤੀ ਕਿ 84 ਲੱਖ ਜੂਨ ਜਿਹੜੀ ਹੈ ਨਾ ਉਹ ਸਭ ਸੁਖੀ ਤੇ ਬੰਦੇ ਦਾ ਬੱਚਾ ਕਿਉਂ ਦੁਖੀ। ਉਹਨਾਂ ਖੋਜ ਕੀਤੀ ਕਹਿੰਦੇ ਕਿ 84 ਲੱਖ ਜੂਨ ਸੁਖੀ, ਕਦੀ ਕੀੜੇ ਰੋਂਦੇ ਵੇਖੇ ਜੇ, ਬੱਜਾ ਗਾਵਣ ਲੋਕੀ ਘਰੋਂ ਕੱਢ ਦਿੰਦੇ ਆ, ਕਦੀ ਪਿੱਟਦਿਆਂ ਵੇਖਿਆ ਉਹਨਾਂ, ਕਦੀ ਬੋਝ ਪਾਇਆ, ਬਹੁਤ ਪਸ਼ੂ ਲੋਕਾਂ ਦੇ ਘਰੋਂ ਕੱਢੇ। ਅਸੀਂ ਜਾਣਿਆ ਨਾ ਠੰਡ ਤੇ ਬਾਹਰ ਬੈਠੇ ਗਾਲੀ ਕਰ ਰਹੇ ਹੁੰਦੇ, ਖਾ ਪਤਾ ਨੀ ਕਿੱਥੋਂ ਸੜਕਾਂ ਤੋਂ ਖਾ ਕੇ ਕੀ ਖਾ ਕੇ। ਕਹਿੰਦੇ 84 ਲੱਖ ਜੂਨ ਸੁਖੀ, ਮੱਛੀ ਮੱਛਰ ਕੀੜੇ ਪਤੰਗੇ ਸਭ। ਕਹਿੰਦੇ ਇੱਕ ਵਾਰੀ ਹਾਥੀ ਤੇ ਮੱਛਰ ਦੀ ਜਿੱਦ ਹੋ ਗਈ। ਮੱਛਰ ਕਹਿੰਦਾ ਵੀ ਮੈਂ ਤਗੜਾ, ਹਾਥੀ ਕਹਿੰਦਾ ਮੈਂ ਤਗੜਾ, ਮੇਰੀ ਪਾਵਰ ਤਾਂ ਦੇਖ। ਮੱਛਰ ਕਹਿੰਦਾ ਵੀ ਮੈਂ ਤਗੜਾ, ਹਾਥੀ ਕਹਿ ਮੈਂ ਤਗੜਾ, ਦੋਨਾਂ ਦੀ ਜਦਾਈ ਹੋ ਗਈ ਆਪਸ। ਹਾਥੀ ਕਹਿੰਦਾ ਮੈਂ ਤੈਨੂੰ ਮਾੜੀ ਜੀ ਪੂਛ ਮਾਰੀ ਤੇ ਤੂੰ ਮਰ ਜਾਣਾ, ਤੇਰੇ ਤੇ ਸੁੰਡ ਮਾਰੀ ਤੇ ਪੈਰ ਥੱਲੇ ਦਿੱਤਾ ਤੇ ਮੱਛਰ ਦੀ ਕੀ ਤਾਕਤ। ਉਹ ਕਹਿੰਦਾ ਮੱਛਰ ਕਹਿੰਦਾ ਮੈਂ ਤਗੜਾ, ਕਹਿੰਦਾ ਚੱਲ ਵੀ ਦਿਨ ਮਿਸਲਾ, ਆਪਾਂ ਜ਼ੋਰ ਜਮਾਈ ਕਰਨੀ। ਮੱਛਰ ਤੇ ਹਾਥੀ ਨੇ ਦਿਨ ਮਿਸਲਿਆ ਵੀ ਆਪਾਂ ਦੋਨਾਂ ਨੇ ਜ਼ੋਰ ਜਮਾਈ ਕਰਨੀ ਕਿ ਤਗੜਾ ਕਿਹੜਾ। ਦਿਨ ਮਿਸਲਿਆ, ਉਸ ਦਿਨ ਤੇ ਮੱਛਰ ਨੇ ਆਵਾਜ਼ ਦਿੱਤੀ, ਸਾਰੇ ਮੱਛਰ ਇਕੱਠੇ ਕਰ ਲਏ, ਮੱਛਰ ਹੀ ਮੱਛਰ ਪਿਣ ਪਿਣ ਕਰਨ ਲੱਗ। ਉਹ ਕਹਿੰਦਾ ਵੀ ਤੈਨੂੰ ਵੀ ਆਜ਼ਾਦੀ, ਤੂੰ ਚੀਕ ਮਾਰ ਤੇ ਆਪਣੇ ਹੱਥ ਇਕੱਠੇ ਕਰ ਲੈ, ਜੇ ਮੇਰੀ ਫੌਜ ਆ ਗਈ ਹੈ ਤੂੰ ਵੀ ਕਰ ਲੈ ਆਪਣਾ ਜੰਗ। ਦੋਨਾਂ ਦੀ ਆਪਸ ਵਿੱਚ ਜਦਾਈ ਹੋ ਗਈ ਕਿ ਆਪਣਾ ਯੁੱਧ ਹੋਏਗਾ ਕਿ ਤਗੜਾ ਕੌਣ। ਮੱਛਰ ਦੀ ਤੇ ਹਾਥੀ, ਮੱਛਰ ਨੇ ਤਾਂ ਆਪਦੇ ਸਾਰੇ ਮੱਛਰ ਇਕੱਠੇ ਕਰ ਲਏ। ਤੁਹਾਨੂੰ ਪਤਾ ਵੀ ਫੌਜ ਬਹੁਤ ਹੈ ਮੱਛਰਾਂ ਕੋਲ, ਉਹ ਕੋਈ ਨੱਕ 'ਚ ਵੜ ਗਏ, ਕੋਈ ਕੰਨਾਂ 'ਚ ਵੜ ਗਏ, ਕੋਈ ਉਹਨੇ ਚੀਕਾਂ ਮਾਰੀ ਹਾਥੀ ਆ ਗਏ, ਸਾਰੇ ਹਾਥੀਆਂ ਦਾ ਆਲੇ ਹੀ ਹੋ ਗਏ। ਮੱਛਰਾਂ ਨੇ ਤਾਂ ਪੂਰੀ ਪਿਣਕ ਪਿਣਕ ਲਾ ਦੀ, ਕੋਈ ਚਮੜੀ ਤੇ ਲੜੇ, ਕੋਈ ਧੁੰਨੀ ਤੇ ਲੜੇ, ਕੋਈ ਧੌਣ ਤੇ ਲੜੇ, ਕੋਈ ਕੰਨਾਂ 'ਚ ਬੜੇ ਅੱਖਾਂ ਨਾ ਖੋਲਣ ਦੇਣ, ਧੂੰਆਂ ਨਿਕਲ ਗਿਆ ਮੱਛਰਾਂ ਆਪਣੇ ਹਾਥੀ ਦਾ। ਕਹਿੰਦਾ ਦੱਸ ਵੀ ਤਗੜਾ ਕੌਣ। ਹਾਥੀ ਕਹਿੰਦਾ ਵੀ ਤੁਸੀਂ ਤਗੜੇ, ਵੀ ਮੱਛਰ ਤੂੰ ਤਗੜਾ। ਗੱਲ ਤਗੜਾਈ ਦੀ ਹੈ, ਹੌਸਲੇ ਤੇ ਕੱਠ ਦੀ। ਜਦੋਂ ਧੂੰਆਂ ਕੱਢਦੀ ਪ੍ਰਜਾ ਰਲ ਕੇ ਪ੍ਰਧਾਨ ਮੰਤਰੀ ਦਾ ਵੀ ਧੂੰਆਂ ਕੱਢ ਦਿੰਦਾ। ਮੋਦੀ ਦਾ ਇੱਕ ਰਿਕਾਰਡ ਹੈ ਕਿ ਮੋਦੀ ਜਿਹੜਾ ਨਾ ਕਿਸੇ ਅੱਗੇ ਨਿਵੇਂ ਆਣੀ, ਕਹਿੰਦੇ ਨਾ ਚੀਨ ਅੱਗੇ, ਨਾ ਪਾਕਿਸਤਾਨ ਅੱਗੇ, ਨਾ ਕਿਸੇ ਦੇਸ਼ ਅੱਗੇ, ਪਰ ਪੰਜਾਬ ਦੇ ਕਿਸਾਨਾਂ ਦੇ ਅੱਗੇ ਨਿਭ ਗਏ। ਪੰਜਾਬ ਦੇ, ਹਰਿਆਣੇ ਦੇ, ਯੂਪੀ ਦੇ ਜਿਹੜੋ ਕਿਸਾਨ ਇਕੱਠੇ ਹੋਏ ਨਾ, ਉਹਨੂੰ ਹਾਰ ਮੰਨੀ। ਵਿਚਾਰ ਚੱਲ ਰਹੀ ਹੈ ਮਹਾਂਪੁਰਸ਼ ਮਹਾਤਮਾ, ਉਹ ਕਹਿੰਦੇ ਵੀ 84 ਸੀ, ਸੋਚਿਆ ਵਿਚਾਰਿਆ ਖੋਜ ਕੀਤੀ ਕਿ 84 ਲੱਖ ਜੂਨ ਸੁਖੀ, ਬੰਦਾ ਕਿਉਂ ਦੁਖੀ। ਇਹ ਬੰਦਾ ਕਿਉਂ ਦੁਖੀ,
ਇਹ ਦੂਜੀ ਫਿਰ ਅਸੀਂ ਖੋਜ ਕੀਤੀ ਕਿ ਬਿਮਾਰੀ ਇਹਨੂੰ ਕੋਈ ਨਹੀਂ ਬੰਦੇ ਨੂੰ ਬਿਮਾਰੀ ਕੋਈ ਨਹੀਂ ਬਿਮਾਰੀ ਦਿਮਾਗ ਦੇ ਬੋਝ ਦੀ ਬਾਬਾ ਗੁਰਨ ਸਿੰਘ ਮਹਾਰਾਜ ਕਹਿੰਦੇ ਵੀ ਅਸੀਂ ਸਲਾਹ ਕਰ ਲਈ ਮੁੰਡਾ ਸੀ ਉੱਥੇ ਨਾਲ ਸੌਲੀ ਸਾਰੇ ਵਿਹੰਗਮ ਸੀ ਕਹਿੰਦੇ ਵੀ ਸੌਲੀ ਨੂੰ ਬੁਖਾਰ ਚੜਾਉਣਾ ਸਲਾਹ ਕਰ ਲਈ ਕਹਿੰਦੇ ਜਿਵੇਂ ਉਹ ਚੋਰਾਂ ਨੇ ਸਲਾਹ ਕਰ ਲਈ ਸੀ ਨਾ ਉਹ ਸਹੁਰਿਆਂ ਤੋਂ ਬੱਕਰੀ ਲੈ ਕੇ ਆਇਆ ਸੀ ਤੇ ਉਹ ਠੱਗ ਰਾਜ ਖੜ ਗਏ ਕਹਿੰਦਾ ਕਿਉਂ ਬਈ ਕਿੱਥੋਂ ਆਇਆ ਸਹੁਰਿਆਂ ਤੋਂ ਤੇ ਕੀ ਲੈ ਕੇ ਆਇਆ ਕਹਿੰਦਾ ਬੱਕਰੀ ਕਹਿੰਦਾ ਲੱਗਦੀ ਤਾਂ ਕੁੱਤੀ ਜੀ ਉਹਨੇ ਆਖਿਆ ਵੀ ਲੱਗਦੀ ਤਾਂ ਕੁੱਤੀ ਜੀ ਅੱਗੇ ਦੂਜਾ ਠੱਗ ਖੜਾ ਸੀ ਜਦੋਂ ਉਹ ਅਗਲੇ ਰਾਜ ਖੜਾ ਸੀ ਕਹਿੰਦਾ ਆ ਕੁੱਤੀ ਕਿੱਥੋਂ ਚੱਕੀ ਲਿਆਉਣਾ ਉਹਨੇ ਕਿਹਾ ਵੀ ਪਹਿਲਾਂ ਵੀ ਇੱਕ ਬੰਦਾ ਬੋਲਿਆ ਸੀ ਵੀ ਕੁੱਤੀ ਜੀ ਲੱਗਦੀ ਹੈ ਤੀਸਰਾ ਬੰਦੇ ਅੱਗੇ ਫਿਰ ਖੜਾ ਸੀ ਉਹਨੇ ਕਿਹਾ ਵੀ ਕਿੱਥੋਂ ਆਇਆ ਕਹਿੰਦਾ ਸਹੁਰਿਆਂ ਤੋਂ ਕਹਿੰਦਾ ਤੇ ਸਹੁਰਿਆਂ ਨੇ ਕੀ ਦਿੱਤਾ ਕਹਿੰਦਾ ਕਹਿੰਦਾ ਬੱਕਰੀ ਕਹਿੰਦਾ ਬੱਕਰੀ ਕਿੱਥੇ ਆ ਇਹਨੂੰ ਦੇਖਦਾ ਸੀ ਇਹਦਾ ਕੁੱਤੀ ਹੈ ਕਈ ਕੁੱਤੀਆਂ ਵੀ ਬੱਕਰੀ ਵਰਗੀਆਂ ਆਉਂਦੀਆਂ ਨਾ ਕਣ ਕੁਣ ਸਾਰਾ ਕੁਝ ਕਹਿੰਦਾ ਖਿਆਲ ਨਾਲ ਦੇਖ ਤੂੰ ਕੁੱਤੀ ਚੱਕੀ ਫਿਰਦਾ ਕਹਿੰਦਾ ਵੀ ਕਿਹਾ ਤਾਂ ਮੈਨੂੰ ਸਾਰਿਆਂ ਨੇ ਜੋ ਚੌਥਾ ਬੰਦਾ ਜਿਹੜਾ ਖੜਾ ਸੀ ਵੀ ਹੁਣ ਬੱਕਰੀ ਮੇਰੇ ਕੋਲ ਆ ਹੀ ਜਾਣੀ ਜਦੋਂ ਉਹਨੇ ਕਿਹਾ ਵੀ ਕੁੱਤੀ ਕਿੱਥੋਂ ਲਈ ਫਿਰਦਾ ਹੈ ਕੁੱਤੀਆਂ ਨੂੰ ਮੋਢਿਆਂ ਤੇ ਚੱਕੀ ਦਾ ਜਦੋਂ ਉਹਨੇ ਚੌਥੇ ਨੇ ਕਿਹਾ ਮਾਰੀ ਚੱਕ ਕੇ ਕਹਿੰਦਾ ਮੈਨੂੰ ਸਹੁਰੇ ਤੋਂ ਖਾ ਕਰਕੇ ਮੇਰੇ ਮੈਨੂੰ ਕੁੱਤੀ ਦੇ ਦਿੱਤੀ ਕਹਿੰਦੇ ਅਸੀਂ ਸਲਾਹ ਕਰ ਲਈ ਵੀ ਇਹਨੂੰ ਬੁਖਾਰ ਚੜਾਉਣਾ ਤੇ ਲੰਮੇ ਪਾਉਣਾ ਬਾਬਾ ਈਸ਼ਰ ਸਿੰਘ ਮਹਾਰਾਜ ਵੀ ਸੀ ਉਸ ਸਮੇਂ ਇੱਕ ਨੇ ਜਾ ਕੇ ਪਹਿਲਾਂ ਕਿਹਾ ਕਿਉਂ ਵੀ ਸੌਲੀ ਕਿਵੇਂ ਆ ਅੱਜ ਢਿੱਲਾ ਜਿਹਾ ਲੱਗਦਾ ਕਹਿੰਦਾ ਨਹੀਂ ਨਹੀਂ ਆਪਾਂ ਬਿਲਕੁਲ ਠੀਕ ਆ ਢਿੱਲੇ ਕਿੱਥੇ ਦੂਜਾ ਚਲਾ ਗਿਆ ਬਹਿ ਗਿਆ ਜਾ ਕੇ ਹੱਥ ਉੱਤੋਂ ਲੋਕ ਕਹਿੰਦਾ ਤੇ ਸੀ ਗਰਮ ਜਿਹਾ ਕਿਉਂ ਥੋੜਾ ਸਾ ਸੀ ਗਰਮ ਜਿਹਾ ਲੱਗਦਾ ਤੀਜਾ ਫਿਰ ਚਲਾ ਗਿਆ ਕਹਿੰਦਾ ਉਹ ਤੇਰਾ ਕੀ ਗੱਲ ਆ ਸੋਲੀ ਤੇਰੇ ਤਾਂ ਰੰਗ ਹੀ ਬਿਲਕੁਲ ਉਤਰਿਆ ਪਿਆ ਇਹ ਤੂੰ ਚੈੱਕ ਚੁੱਕ ਰਾ ਤੈਨੂੰ ਤਾਂ ਬਿਮਾਰੀ ਹੈ ਕੋਈ ਤਕਲੀਫ ਹੋ ਸਰੀਰ ਵੀ ਤੇਰਾ ਗਰਮ ਆ ਮੱਥਾ ਵੀ ਗਰਮ ਹੁਣ ਉਹਨੂੰ ਹੋ ਗਿਆ ਵੀ ਮੈਂ ਬਿਮਾਰ ਵੜ ਗਈ ਬਿਮਾਰੀ ਅੰਦਰ ਅਜੇ ਮੈਂ ਕੁੜੀ ਬਿਮਾਰੀਆਂ ਚੱਕੀ ਫਿਰਦੀ ਹੁੰਦੀ ਸਾਡਾ ਗੁਰੂ ਕਾ ਪਿਆਰਾ ਨੂੰ ਵੀ ਕਹਿੰਦੇ ਬਿਮਾਰੀਆਂ ਨਾ ਚੱਕਿਆ ਕਰੋ ਬੁੱਲੇ ਸ਼ਾਹ ਬਾਜ਼ਾਰ ਤੇ ਬੁੱਝੀ ਲਾ ਸਿੱਟੋ ਭੋਏ ਮਾਰ ਲਾ ਸਿਰੋ ਭੋਏ ਮਾਰ ਕਹਿੰਦੇ ਬੁੱਲੇ ਸ਼ਾਹ ਨੇ ਬਾਜ਼ਾਰ ਤੇ ਬੁੱਝ ਲਈਏ ਦਲਿੱਦਰ ਆਲਸੇ ਬਿਮਾਰੀ ਸਿਰੋ ਲਾ ਦੇ ਤੇ ਭੋਏ ਮਾਰ ਚੱਕ ਇਹਨੂੰ ਕਿਉਂ ਚੱਕੀ ਫਿਰਦਾ ਜਦੋਂ ਹਰ ਸਮੇਂ ਜਿੰਦਾ ਤੂੰ ਚਿੰਤਨ ਕਰੇਗਾ ਉਹਦੇ ਨੂੰ ਗੰਦ ਵੜਨਾ ਹੀ ਬਣਨਾ ਹੁੰਦਾ ਬਿਨਾਂ ਵਜ੍ਹਾ ਤੋਂ ਬਿਮਾਰੀ ਆਉਣੀ ਆਉਣੀ ਇਹ ਕਹਿੰਦੇ ਮੇਰਾ ਬੁਖਾਰ ਨਹੀਂ ਟੁੱਟਦਾ ਮੈਂ ਕਿਹਾ ਬੁਖਾਰ ਤੈਨੂੰ ਪਤਾ ਕਦੋਂ ਚੜ੍ਹਦਾ ਜਦੋਂ ਮਾਂ ਸੰਪੜ ਪਾੜ ਰੱਖਣਾ ਹੋਵੇ ਤੇ ਅਸੀਂ ਆਉਣਾ ਹੋਵੇ ਤੂੰ ਤੁਹਾਡੇ ਤੋਂ ਬੰਦੇ ਪੂਰੇ ਨਾ ਹੋਣ ਸੰਗਤ ਪੂਰੀ ਨਾ ਹੋਵੇ ਦਵਾਨ ਦੂਰ ਦੀ ਤਿਆਰੀ ਨਾ ਹੋਵੇ ਤੇ ਮੈਂ ਕਿਹਾ ਤੇਰੇ ਤਾਂ ਫਿਰ ਬੁਖਾਰ ਚੜਿਆ ਆਉਂਦਾ ਪੂਰਾ ਬੁੱਲੇ ਸ਼ਾਹ ਬਾਜ਼ਾਰ ਤੇ ਬੁੱਝੀ ਲਾ ਸਿਰੋ ਪੋਏ ਮਾਰ ਇਹਨੂੰ ਗੰਦ ਨੂੰ ਬੋਝ ਨੂੰ ਵਹਿਮਾਂ ਨੂੰ ਭਰਮਾਂ ਨੂੰ ਤੁਹਾਨੂੰ ਪਤਾ ਸੰਸਾਰ ਚ ਵਹਿਮੀ ਬੰਦੇ ਵੀ ਨੇ ਸ਼ੱਕੀ ਬੰਦੇ ਵੀ ਨੇ ਭਰੋਸੇ ਵਾਲੇ ਵੀ ਨੇ ਕੰਜੂਸ ਵੀ ਨੇ ਲਟਾਉਣ ਵਾਲੇ ਵੀ ਨੇ ਬੰਦਾ ਇੱਕ ਕੰਮ ਕਿਉਂ ਇੰਨੇ ਆ ਲਟਾਉਣ ਵਾਲਾ ਵੀ ਹੈ ਲੁੱਟਣ ਵਾਲਾ ਵੀ ਹੈ ਚੋਰ ਵੀ ਹੈ ਸਾਧ ਵੀ ਹੈ ਇੰਨਾ ਕੋਈ ਸੰਸਾਰ ਚ ਕਿਉਂ ਹੈ ਸੰਚਾ ਤੇ ਕੋਈ ਕੋਈ ਮਾਂ ਬਾਪ ਦੇ ਪੇਟੋਂ ਜਨਮ ਲਿਆ ਕੋਈ ਮਿੱਟੀ ਧਰਤੀ ਪੌਣ ਪਾਣੀ ਹੈ ਵਹਿਮਾਂ ਦੇ ਸ਼ਿਕਾਰ ਹੋਏ ਵਹਿਮੀ ਹੋਣਗੇ ਸ਼ੱਕ ਦੇ ਸ਼ਿਕਾਰ ਹੋਏ ਸ਼ੱਕੀ ਹੋਣਗੇ
जिन्हें सारे वहम भरम लाए होंगे गुरु दे भरोसा होएगा वह भरोसे वाले होंगे यकीन वाले होंगे। बीमारियां असी कठियां करके चकते हैं, बीमारियां गुरु के भरोसे के नाल लाइया जा। जिन्हां दे भरोसे सी विश्वास सी सिदक सी उन्होंने सिर कट्टे गए तो हिम्मत नहीं आ रही सी, जंग लड़ते गए सी, जेड़े मरे हुए है सिर आंदिया ही मरे हुए ने। गुरु साहब दे भरोसा यकीन वह कहते भी असी पूरी खोज की। एक अस्पताल के बाहर खड़ जाओ जहां जिथे टेस्ट होंगे बाहर खड़ जाओ, उ जो अंदर जाएंगे वह कहे मैं आ भी बीमारी आ भी बीमारी आ भी बीमारी। जो बाहर आने के टेस्टा च की है, टेस्टा च तो कख नहीं है, फिर बीमारियां कह रही है। टेस्टा के शरीर में मशीन वेखण वाली कह रही तेरे अंदर कोई बीमारी नहीं, तू पूरा बीमार है। ये केड़े पासे दियां बीमारियां ने? गुरु साहब कहिंदे ने गंद ना चक, यकीन कर अपने प्यारे ते, तेरे भरोसे च फर्क आ गया, तेरे यकीन च फर्क आ गया। सह की सार ना सुहागणी आणी, ज्ञान ध्यान किश कर्म ना जाना, सार ना जाना तेरी, तेरी सार भी नहीं जानता। सारिया तो वड्डा सतगुरु नानक जिन्हें इस कलयुग विच मेरी राखी की। जो भी कोई बीमारी शरीर च आउंदी है असी पूरा असी भी सर्च कर करके वेखिया कि ब्लड प्रेशर बोझदा, शुगर भी बोझदी, बच जाती घट भी जाती। बड़ियां बीमारियां जिहड़ियां ने उह तुहाडे बोझ नाल बवासीर भी दिमागी बोझ नाल हो जाती, शरीर की गर्मी सर्दी भी बोझ दे नाल वज जाती। एक परमात्मा का नाम है उसकी ओट की ओट